ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਲਈ ਸਮੈਸਟਰ ਥਰਡ ਦੇ ਲਈ ਜਿਹੜੀ ਕਿ ਆਪਾਂ ਪੰਜਾਬੀ ਕੰਪਲਸਰੀ ਪੰਜਾਬੀ ਲਾਜ਼ਮੀ ਜਰਨਲ ਪੰਜਾਬੀ ਦਾ ਜਿਹੜੇ ਕਿ ਪਾਸਿੰਗ ਫਾਰਮੂਲਾ ਵਾਲੀ ਵੀਡੀਓ ਲੈ ਕੇ ਆਏ ਹਾਂ। ਅਤੇ ਸਟੂਡੈਂਟਸ, ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਨੇ ਸਾਰਾ ਸਿਲੇਬਸ ਤੁਹਾਡਾ ਅਪਲੋਡ ਕੀਤਾ ਹੋਇਆ, ਮੈਂ ਤੁਹਾਨੂੰ ਵੀਡੀਓਜ਼ ਦਿਖਾਉਂਦੀ ਹਾਂ। ਹਾਂਜੀ, ਤੁਸੀਂ ਯੂਟਿਊਬ 'ਤੇ ਤੂਰ ਸਟੱਡੀ ਕਲਾਸ ਚੈਨਲ ਨੂੰ ਸਰਚ ਕਰਨਾ, ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਜਾਣਾ। ਪਲੇਲਿਸਟ ਨੂੰ ਜਦੋਂ ਤੁਸੀਂ ਨੀਚੇ ਸਕਰੋਲ ਕਰੋਗੇ ਤਾਂ ਤੁਹਾਨੂੰ ਪਲੇਲਿਸਟ ਮਿਲੂਗੀ, ਬੀ ਏ ਸਮੈਸਟਰ ਥਰਡ ਚੰਡੀਗੜ੍ਹ, ਹੈ ਨਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮ ਥਰਡ ਆਲ ਸਬਜੈਕਟਸ। ਤਾਂ ਇਹਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇਹਦੇ ਵਿੱਚ ਤੁਹਾਨੂੰ ਸਾਰੀਆਂ ਜਿਹੜੇ ਕਿ ਪੰਜਾਬੀ ਦੀਆਂ, ਕਿਉਂਕਿ ਇਹ ਆਲ ਸਬਜੈਕਟਸ ਦੀ ਪਲੇਲਿਸਟ ਆ, ਸੋ ਜਿਹੜੇ ਅੱਜ ਹਿਸਟਰੀ ਦੇ ਕੁਸ਼ਚਨਸ ਵੀ ਆਏ ਨੇ, ਆਲਰੇਡੀ ਆਪਾਂ ਨੇ 1 ਮੰਥ ਪਹਿਲਾਂ ਹੀ ਜਿਹੜੀ ਵੀਡੀਓਜ਼ 1 ਔਰ 2 ਮੰਥ ਪਹਿਲਾਂ ਹੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਸੀ। ਸੋ ਜਿਵੇਂ ਸਿਵਲ ਨਾ ਫਰਮਾਨੀ ਹੋ ਗਿਆ, ਹੈ ਨਾ, ਅਤੇ ਪਲਾਸੀ ਲੜਾਈ ਵਗੈਰਾ, ਇਹ ਸਾਰੇ ਮੈਪ ਇਹ ਕਾਫੀ ਟਾਈਮ ਪਹਿਲਾਂ ਹੀ ਆਪਣੇ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ, ਬਟ ਤੁਸੀਂ ਨਹੀਂ ਵਾਚ ਕਰਦੇ ਫਿਰ, ਹੈ ਨਾ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਮੈਂ ਜਦੋਂ ਵੀ ਵੀਡੀਓ ਅਪਲੋਡ ਕਰਾਂ, ਜਦੋਂ ਹੀ ਉਸੇ ਟਾਈਮ ਤੁਸੀਂ ਵੀਡੀਓਜ਼ ਨੂੰ ਵਾਚ ਕਰ ਸਕੋ। ਐਟ ਏ ਟਾਈਮ 'ਤੇ ਰਾਜੇ ਸਾਰੇ ਕੁਸ਼ਚਨਸ ਯਾਦ ਨਹੀਂ ਹੁੰਦੇ, ਠੀਕ ਹੈ। ਸੋ ਨਾਲ ਦੀ ਨਾਲ ਯਾਦ ਕਰ ਲਿਆ ਕਰੋ। ਦੇਖੋ ਜਿਵੇਂ ਪੰਜਾਬੀ ਲਾਜ਼ਮੀ ਦਾ, ਹੈ ਨਾ, ਪ੍ਰੀਵੀਅਸ ਈਅਰ ਕੁਸ਼ਚਨ ਪੇਪਰ 4 ਮੰਥਸ ਪਹਿਲਾਂ ਵੀਡੀਓ ਅਪਲੋਡ ਕਰ ਰੱਖੀ ਹੈ, ਸਿਲੇਬਸ ਤੁਹਾਡਾ 4 ਮੰਥ ਪਹਿਲਾਂ ਵੀਡੀਓ ਅਪਲੋਡ ਕੀਤੀ ਹੋਈ ਪੰਜਾਬੀ ਲਾਜ਼ਮੀ ਦੀ, ਇੱਥੋਂ ਤੁਹਾਨੂੰ ਪੰਜਾਬੀ ਲਾਜ਼ਮੀ ਦੀਆਂ ਵੀਡੀਓਜ਼ ਮਿਲਣਗੀਆਂ। ਦੇਖੋ ਆਹ 3 ਮੰਥ ਪਹਿਲਾਂ ਅਪਲੋਡ ਕਰਕੇ ਨੇ ਪੰਜਾਬ, ਹੈ ਨਾ, ਸਾਰੇ ਇਹ 'ਚੋਂ ਜਿਹੜੇ ਜਿਹੜੇ ਕਰਨ ਲਓ ਮੈਂ ਤੁਹਾਨੂੰ ਦੱਸੂੰਗੀ, ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਤੁਹਾਡੇ ਲੇਖ ਨੇ ਸਾਰੇ ਅਪਲੋਡ ਨੇ, ਦੇਖੋ, ਠੀਕ ਹੈ। ਸਿਰਫ 9 ਨੰਬਰ ਵਾਲਾ ਨਹੀਂ ਹੈ, ਉਹ ਮੈਂ ਚੈੱਕ ਕਰ ਲੈਂਦੀ ਹਾਂ। ਅਤੇ ਉਸ ਤੋਂ ਬਾਅਦ ਸੰਕਲਪ ਵੀ ਸਾਰੇ ਅਪਲੋਡ ਨੇ, ਠੀਕ ਹੈ, ਸਾਰੇ ਸੰਕਲਪ। ਉਸ ਤੋਂ ਬਾਅਦ ਤੁਹਾਡੀ ਵਿਆਕਰਨ, ਪੰਜਾਬੀ ਭਾਸ਼ਾ ਜਨਮ ਅਤੇ ਵਿਕਾਸ, ਠੀਕ ਹੈ, ਭਾਵਅੰਸ਼ ਕੀ ਨੇ, ਖੁੱਲ੍ਹੇ ਅਤੇ ਬੰਦ ਭਾਵਅੰਸ਼, ਅਤੇ ਸ਼ਬਦਾਂ ਦਾ ਵਰਗੀਕਰਨ, ਸ਼ਬਦ ਕੀ ਹੈ, ਸ਼ਬਦ ਦਾ ਵਰਗੀਕਰਨ, ਅਤੇ ਪ੍ਰੀਵੀਅਸ ਈਅਰ ਜਿਹੜੀ ਕਿ ਜਿੰਨੀ ਵੀ ਗ੍ਰੈਮਰ ਆ ਵਿਆਕਰਨ, ਉਹ ਸਾਰੀ ਅਪਲੋਡ ਕੀਤੀ ਹੋਈ ਆ, ਵਿਦੇਤਰ ਕੀ ਹੈ ਸਾਰਾ, ਠੀਕ ਹੈ, ਸਾਰੇ ਕੁਸ਼ਚਨਸ ਅਪਲੋਡ ਕੀਤੇ ਹੋਏ ਨੇ। ਦੇਖੋ ਹਿਸਟਰੀ ਦੇ ਸਾਰੇ, ਸਿਵਲ ਨਾ ਫਰਮਾਨੀ, ਸਾਰੇ ਕੁਸ਼ਚਨਸ ਪਹਿਲਾਂ ਹੀ ਆਲਰੇਡੀ ਅਪਲੋਡ ਸੀ। ਹਾਂਜੀ, ਤੁਹਾਨੂੰ ਪੇਪਰ ਨੂੰ ਪਾਸ ਕਰਨ ਲਈ ਚਾਹੀਦੇ ਨੇ ਜਿਹੜੇ ਕਿ 16 ਮਾਰਕਸ, ਅਤੇ ਇਹ ਪਲੇਲਿਸਟ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ, ਤੁਸੀਂ ਵਾਚ ਕਰ ਲੈਣਾ। ਪਾਸਿੰਗ ਮਾਰਕਸ ਤੁਹਾਨੂੰ ਚਾਹੀਦੇ ਨੇ 16 ਮਾਰਕਸ। ਤੁਸੀਂ ਕਿੱਦਾਂ ਲੈਣੇ? ਸਭ ਤੋਂ ਪਹਿਲਾਂ ਤਾਂ ਸਟੂਡੈਂਟ ਤੁਸੀਂ ਵਿਸ਼ਾ ਵਸਤੂ ਯਾਦ ਕਰ ਲੈਣੇ, ਅਤੇ ਸੰਕਲਪ, ਵਿਸ਼ਾ ਵਸਤੂ ਜਿਹੜੇ ਲੇਖਾਂ ਦਾ ਤੁਸੀਂ ਵਿਸ਼ਾ ਵਸਤੂ ਅਤੇ ਸਾਰ ਯਾਦ ਕਰੋਗੇ, ਉਹਨਾਂ ਦਾ ਹੀ ਸੰਕਲਪ ਯਾਦ ਕਰ ਲੈਣਾ। ਉਹ ਕਿਹੜੇ ਕਿਹੜੇ ਨੇ ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ ਇਹਨੇ ਸੰਕਲਪ ਤੁਹਾਡੇ, ਮਤਲਬ ਕਿ 10 ਲੇਖ ਨੇ ਤੁਹਾਡੇ, ਇਹਨਾਂ 10 ਦੇ ਵਿੱਚੋਂ ਜਾਂ ਤਾਂ ਤੁਸੀਂ ਫਸਟ 6 ਕਰੋ ਜਾਂ ਲਾਸਟ 6, ਮਤਲਬ ਕਿ ਕੋਈ 4 ਛੱਡ ਦਿਓ, ਜਾਂ ਤਾਂ ਲਾਸਟ ਵਾਲੇ 4 ਛੱਡ ਦਿਓ, ਜਾਂ ਫਿਰ ਫਸਟ 4 ਛੱਡ ਕੇ, ਮਤਲਬ ਕਿ ਪਹਿਲੇ 4 ਛੱਡ ਕੇ 5th ਤੋਂ ਲੈ ਕੇ ਐਂਡ ਤੱਕ ਕਰ ਲਓ। ਤੁਸੀਂ 6 ਕਰਨੇ ਨੇ, 6 ਕਿਹੜੇ? ਜਾਂ ਤਾਂ ਫਸਟ ਜਾਂ ਐਂਡ ਵਾਲੇ 6, ਠੀਕ ਹੈ। ਇਹ ਨਹੀਂ ਹੈ ਕਿ ਵਿੱਚੋਂ ਵਿੱਚੋਂ ਚੱਕ ਲਓ, ਵਿੱਚੋਂ ਵਿੱਚੋਂ ਨਹੀਂ ਕਰਨੇ ਹੈਗੇ, ਵੀ ਵਿੱਚੋਂ ਕਦੇ ਗਿੱਧਾ ਕਰ ਲਿਆ, ਕਦੇ ਆਹ ਕਰ ਲਿਆ, ਐਵੇਂ ਨਹੀਂ ਕਰਨਾ। ਸੋ ਸੀਕੁਐਂਸ ਦੇ ਅਕੋਰਡਿੰਗ ਚੱਲਣਾ, ਜਾਂ ਤਾਂ ਫਸਟ 6, ਠੀਕ ਹੈ, ਮੇਰੇ ਪਿੰਡ ਦੇ ਅਖਾਣ, ਲੋਕ ਗੀਤ, ਲੋਕ ਵਿਸ਼ਵਾਸ, ਰੁੱਤ ਚੱਕਰ, ਗਿੱਧਾ, ਜਾਂ ਤਾਂ ਇਹ ਫਸਟ 6 ਕਰ ਲਓ, ਠੀਕ ਹੈ। ਜਿਨ੍ਹਾਂ ਕੋਲ ਟਾਈਮ ਹੋਰ ਵੀ ਹੈਗਾ ਉਹ 7 ਕਰ ਲਓ, 3 ਛੱਡ ਦਿਓ, ਫਸਟ 7, ਜਿਨ੍ਹਾਂ ਕੋਲ ਟਾਈਮ ਘੱਟ ਉਹ 6 ਜ਼ਰੂਰ ਕਰਨਗੇ, 6 ਪੱਕਾ ਕਰਨੇ ਨੇ, ਜਾਂ ਤਾਂ ਫਸਟ 6 ਕਰਨੇ ਨੇ ਜਾਂ ਲਾਸਟ 6, ਲਾਸਟ 6, 1 2 3 4 5 6, ਠੀਕ ਹੈ, ਇੱਥੋਂ ਲੈ ਕੇ ਜਾ, ਠੀਕ ਹੈ, ਜਾਂ ਫਿਰ 7। ਉਸ ਤੋਂ ਬਾਅਦ ਇਹਨਾਂ ਦਾ ਹੀ ਤੁਸੀਂ ਕੀ ਕਰਨੇ ਨੇ, ਵਿਸ਼ਾ ਵਸਤੂ ਕਰਨੇ ਨੇ। ਮੈਂ ਲਿਖੇ ਹੋਏ ਨੇ ਵੀ ਕਿਹੜਾ ਕਿਹੜੇ ਈਅਰ 'ਚ ਆਇਆ ਹੋਇਆ, ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋ, ਜਾਂ ਤਾਂ ਫਸਟ 6,
ਠੀਕ ਹੈ, ਜਿਨ੍ਹਾਂ ਕੋਲ ਟਾਈਮ ਹੈਗਾ ਉਹ 7, ਮਤਲਬ ਕਿ ਜਦੋਂ ਫਸਟ 7 ਕਰ ਲਿਆ ਫਿਰ ਤੁਸੀਂ, ਤੁਹਾਨੂੰ ਬਿਲਕੁਲ ਡਰ ਨਹੀਂ ਰਹਿਣਾ ਵੀ ਕਿਹੜਾ ਆਊਗਾ ਕਿਹੜਾ ਨਹੀਂ ਆਊਗਾ, ਜਾਂ ਤਾਂ ਫਸਟ 7 ਜਾਂ ਲਾਸਟ 7, ਠੀਕ ਹੈ। ਇਹਨਾਂ ਦਾ ਜਦੋਂ ਤੁਸੀਂ ਸਾਰ ਅਤੇ ਵਿਸ਼ਾ ਵਸਤੂ ਕਰ ਲਿਆ, ਵਿੱਚੋਂ ਹੀ ਸੰਕਲਪ ਬਣ ਜਾਣਾ, ਵਿੱਚੋਂ ਹੀ ਸੰਕਲਪ ਬਣ ਜਾਣਾ। ਬਾਕੀ ਆਪਾਂ ਨੇ ਜਿਹੜੇ ਕਿ ਸ਼ਾਂਤੀ ਗੈਸ ਪੇਪਰ ਅਪਲੋਡ ਕੀਤਾ ਹੋਇਆ, ਤੁਸੀਂ ਉਹ 'ਚ ਵਾਚ ਕਰ ਸਕਦੇ ਵੀ ਜਿਹੜੇ ਉਹਦੇ ਵਿੱਚ ਉਹਨਾਂ ਨੇ ਨਾ ਦੱਸੇ ਹੋਏ ਨੇ ਸ਼ੋਰ, ਤੁਸੀਂ ਉਹ ਵੀ ਆਪਣਾ ਵਾਚ ਕਰ ਲੈਣਾ, ਠੀਕ ਹੈ। ਇਹ ਤੁਸੀਂ ਸਕਰੀਨਸ਼ਾਟ ਲੈਣਾ ਵੀ ਕਿਹੜੇ ਕਿਹੜੇ ਦੇ ਵਿੱਚ ਕਿੰਨੇ ਈਅਰ 'ਚ ਆਇਆ ਹੋਇਆ। 2015 ਤੋਂ ਲੈ ਕੇ 23 ਤੱਕ ਮੈਨੇ ਲਿਖੇ ਹੋਏ ਨੇ ਇਹ, ਠੀਕ ਹੈ। ਸਾਰ ਅਤੇ ਵਿਸ਼ਾ ਵਸਤੂ ਤੁਹਾਨੂੰ 10 ਮਾਰਕਸ ਦਾ ਆਉਣਾ ਅਤੇ 5 ਮਾਰਕਸ ਦਾ ਆਉਣਾ ਤੁਹਾਡਾ ਸੰਕਲਪ। ਇੱਥੇ ਹੋ ਗਏ ਤੁਹਾਡੇ 15 ਮਾਰਕਸ, ਪੇਪਰ ਨੂੰ ਪਾਸ ਕਰਨ ਲਈ ਤੁਹਾਨੂੰ ਚਾਹੀਦੇ ਨੇ 16 ਮਾਰਕਸ। 16 ਮਾਰਕਸ, ਬਾਕੀ ਜਿਹੜੇ ਮਾਰਕਸ ਕਿੱਥੋਂ ਆਉਣਗੇ ਤੁਹਾਨੂੰ, ਇੱਕ ਤੁਸੀਂ ਪੱਤਰ, ਪੱਤਰ ਕਿੱਦਾਂ ਕਰਨੀ ਉਹ ਆਪਾਂ ਅਲੱਗ ਵੀਡੀਓ ਬਣਾਵਾਂਗੇ, ਠੀਕ ਆ। ਕਿਉਂਕਿ ਪੱਤਰ ਨੂੰ ਸਟਾਰਟਿੰਗ ਅਤੇ ਉਹਦੀ ਐਂਡ ਦੇ ਵੀ ਮਾਰਕਸ ਨੇ, ਵਿੱਚੋਂ ਤੁਸੀਂ ਆਪਣੇ ਕੋਲੋਂ ਮਟੀਰੀਅਲ ਜਿੰਨਾ ਹੋ ਸਕਦਾ ਉੱਨਾ ਤੁਸੀਂ ਬਣਾ ਸਕਦੇ ਹੋ, ਕਿਉਂਕਿ ਈਜ਼ੀ ਹੀ ਹੁੰਦੇ ਆ ਨਾ ਟੋਪਿਕ, ਉਹੀ ਹੁੰਦੇ ਨੇ ਜਿਹਦੇ ਤੁਸੀਂ ਖੁਦ ਆਪਣੀ ਵਰਡਿੰਗ 'ਚ ਲਿਖ ਸਕਦੇ ਹੋ। ਜੇ ਕਿਸੇ ਜਿਹੜੇ ਕਿ ਅਖਬਾਰ ਦੇ ਪੱਤਰ, ਅਖਬਾਰ ਦੇ ਸੰਪਾਦਕ ਨੂੰ ਲਿਖਣਾ ਤਾਂ ਸੇਵਾ ਵਿਖੇ ਮੁੱਖ ਸੰਪਾਦਕ, ਠੀਕ ਹੈ। ਤੁਸੀਂ ਰੋਜ਼ਾਨਾ ਅਜੀਤ ਜਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਕਰ ਲੈਣਾ, ਪੰਜਾਬੀ ਟ੍ਰਿਬਿਊਨ ਸੰਪਾਦਕ ਸਾਹਿਬ ਰੋਜ਼ਾਨਾ ਅਜੀਤ ਜਲੰਧਰ ਜਾਂ ਪੰਜਾਬੀ ਟ੍ਰਿਬਿਊਨ, ਠੀਕ ਹੈ ਜਲੰਧਰ। ਫਿਰ ਤੁਸੀਂ ਅੱਗੇ ਵਿਸ਼ਾ, ਫਿਰ ਤੁਸੀਂ ਉਹ 'ਚ ਜੋ ਤੁਸੀਂ ਕੰਟੈਂਟ ਦੇਣਾ ਚਾਹੁੰਦੇ ਹੋ ਉਹ ਲਿਖ ਕੇ ਐਂਡ ਦੇ ਵਿੱਚ ਧੰਨਵਾਦ ਸਹਿਤ, ਸਾਹਿਤ ਨਹੀਂ ਪਾਉਣਾ ਹੈਗਾ, ਇਹ ਗਲਤ ਹੈ, ਸਹਿਤ ਪਾਉਣਾ, ਸੱਸੇ ਨੂੰ ਕੰਨਾ ਨਹੀਂ ਪਾਉਣਾ, ਠੀਕ ਹੈ, ਇਹ ਵਾਲਾ ਕਰੈਕਟ ਹੈ। ਫਿਰ ਉਸ ਤੋਂ ਬਾਅਦ ਆਪ ਜੀ ਦਾ ਵਿਸ਼ਵਾਸ ਪੱਤਰ, ਠੀਕ ਹੈ, ਨੇਮ ਤੁਸੀਂ ਲਿਖ ਸਕਦੇ ਹੋ ਜੇ ਅਗਰ ਉੱਥੇ ਦਿੱਤਾ ਹੋਇਆ, ਨਹੀਂ ਤੁਸੀਂ ਊੜਾ ਐਡ ਆਈ ਡੀ ਲਿਖ ਸਕਦੇ ਹੋ। ਫਿਰ ਉਸ ਤੋਂ ਬਾਅਦ ਤੁਸੀਂ ਡੇਟ, ਠੀਕ ਹੈ, ਐਵੇਂ ਲਿਖਣਾ, ਕਿਉਂਕਿ ਇਹਨਾਂ ਦੇ ਵੀ ਤੁਹਾਨੂੰ ਮਾਰਕਸ ਮਿਲਦੇ ਨੇ। ਪੱਤਰ 'ਚੋਂ ਮਾਰਕਸ ਹੋ ਗਏ, ਇੱਕ ਤੁਸੀਂ ਕਰਨਾ ਪੰਜਾਬੀ ਭਾਸ਼ਾ ਦਾ ਜਨਮ ਅਤੇ ਵਿਕਾਸ। ਦੇਖੋ ਹੁਣ ਇਹ ਕੁਸ਼ਚਨ ਕਿਵੇਂ ਆ ਰਹੇ ਨੇ, ਅਤੇ ਹਾਂਜੀ ਇਹ ਦੇਖੋ ਕਿਵੇਂ ਆ ਰਹੇ ਨੇ, ਪੰਜਾਬੀ ਭਾਸ਼ਾ ਦਾ ਜਨਮ ਅਤੇ ਵਿਕਾਸ ਇੱਕ ਕੁਸ਼ਚਨ ਇਹ ਹੈ, ਅਤੇ ਇੱਕ ਹੈਗਾ ਵਰਤਮਾਨ ਅਤੇ ਇਹਦਾ ਜਿਹੜੇ ਕਿ ਭਵਿੱਖ। ਤਾਂ ਤੁਸੀਂ ਪੰਜਾਬੀ ਭਾਸ਼ਾ ਦਾ ਜਨਮ ਅਤੇ ਵਿਕਾਸ ਵਾਲਾ ਕੁਸ਼ਚਨ ਕਰ ਲਓ, ਅਤੇ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ, ਇਹ ਦੋਵੇਂ ਕੁਸ਼ਚਨ ਕਰ ਲਓ, ਠੀਕ ਹੈ। ਇਹ ਦੋਨੇ ਚੈਨਲ 'ਤੇ ਅਪਲੋਡ ਨੇ, ਤਾਂ 7 ਮਾਰਕਸ ਤੁਹਾਡੇ ਇੱਥੋਂ ਪੱਕਾ ਹੋ ਗਏ, ਮਤਲਬ ਕਿ ਇਹ ਤੁਹਾਡੇ ਪਾਸਿੰਗ ਤੋਂ ਵੱਧ ਗਏ। ਦੇਖੋ ਇੱਕ ਤੁਸੀਂ ਵਿਸ਼ਾ ਵਸਤੂ ਕੀਤਾ ਅਤੇ ਸਾਰ ਕੀਤਾ 10 ਮਾਰਕਸ ਹੈ, ਫਿਰ ਤੁਹਾਡਾ ਸੰਕਲਪ 5 ਮਾਰਕਸ ਦਾ, ਉਸੇ ਦੇ ਹੀ ਸੰਕਲਪ ਕਰਨੇ ਨੇ ਜਿਨ੍ਹਾਂ ਦਾ ਤੁਸੀਂ ਵਿਸ਼ਾ ਵਸਤੂ 'ਤੇ ਸਾਰ ਕੀਤਾ, ਠੀਕ ਹੈ। ਮੈਂ ਤੁਹਾਨੂੰ ਦੱਸਤੀ ਕਿ ਫਸਟ 7 ਜਾਂ ਲਾਸਟ 7, ਜੇ ਤੁਹਾਨੂੰ 7 ਨਹੀਂ ਹੁੰਦੇ ਤਾਂ ਫਸਟ 6 ਲਾਸਟ 6 ਦੋਨੋਂ ਐਵੇਂ ਕਰਨੇ ਨੇ, ਠੀਕ ਹੈ। ਉਹਨਾਂ ਦੀ ਸੰਕਲਪ, ਉਹਨਾਂ ਦੀ ਵਿਸ਼ਾ ਵਸਤੂ ਕਰਨੇ ਨੇ ਸਾਰ, ਅਤੇ 15 ਮਾਰਕਸ ਸੀ। ਅਤੇ ਉਸ ਤੋਂ ਬਾਅਦ ਤੁਹਾਡਾ ਜਿਹੜੇ ਕਿ ਪੱਤਰ, ਤੁਹਾਡਾ 8 ਮਾਰਕਸ ਦਾ ਹੋ ਗਿਆ, ਠੀਕ ਹੈ। ਫਿਰ ਤੁਹਾਡਾ ਹੋ ਗਿਆ ਜਿਹੜੇ ਕਿ ਪੰਜਾਬੀ ਭਾਸ਼ਾ ਦਾ ਜਨਮ ਅਤੇ ਵਿਕਾਸ। ਬਾਕੀ ਜਿਹੜੇ ਵਿਆਕਰਨ 'ਚੋਂ ਰਹਿ ਗਏ, ਜਿਵੇਂ ਸਮਾਸੀ ਸ਼ਬਦ ਲਿਖਣਾ, ਠੀਕ ਹੈ, ਵਿਰੋਧੀ ਸ਼ਬਦ ਲਿਖਣਾ, ਉਹ ਈਜ਼ੀ ਹੁੰਦੇ ਨੇ, ਉਹ ਤੁਹਾਡੇ ਅਲੱਗ ਰਹਿ ਗਏ ਮਾਰਕਸ, ਇੱਥੋਂ ਹੀ ਤੁਸੀਂ ਪਾਸ ਹੋ ਜਾਓਗੇ। 15 ਮਾਰਕਸ 'ਚੋਂ ਮੰਨ ਲਓ ਇੱਥੋਂ ਤੁਹਾਨੂੰ ਜਿਹੜੇ ਕਿ 7 ਇੱਥੋਂ ਲਗਾ ਲਓ, 3 ਇੱਥੋਂ ਲਗਾ ਲਓ, ਇੱਥੇ ਤੁਹਾਡੇ 10 ਬਣ ਗਏ। ਤਾਂ ਫਿਰ ਇਹ 7 or 8 ਕਿੰਨੇ ਬਣ ਗਏ, ਤਾਂ 7 or 8 15 'ਚ ਤੁਹਾਨੂੰ 10 ਤਾਂ ਆਉਣਗੇ, ਤੁਸੀਂ ਆਰਾਮ ਨਾਲ ਪਾਸ ਹੋ ਜਾਓਗੇ ਇੱਥੋਂ ਹੀ, ਠੀਕ ਆ। ਬਾਕੀ ਜਿਹੜੇ ਉਸ ਤੋਂ ਬਾਅਦ ਅਗਰ ਤੁਸੀਂ ਵਿਆਕਰਨ ਦੇ ਵਿੱਚੋਂ ਸ਼ਬਦ ਅਤੇ ਸ਼ਬਦਾਂ ਦਾ ਵਰਗੀਕਰਨ ਵਾਲਾ ਕੁਸ਼ਚਨ ਕਰ ਸਕਦੇ ਹੋ, ਭਾਵੰਸ਼ ਖੁੱਲ੍ਹੇ ਅਤੇ ਬੰਦ, ਅਗਰ ਤੁਸੀਂ ਐਨ ਵਧੀਆ ਢੰਗ ਨਾਲ ਕਰਨਾ ਚਾਹੁੰਦੇ ਹੋ, ਠੀਕ ਹੈ। ਸ਼ਬਦ ਇਹਦੇ ਵਿੱਚੋਂ ਕੁਸ਼ਚਨ ਤੁਹਾਡਾ ਬਣਦਾ, ਇੱਕ ਤਾਂ ਭਾਵੰਸ਼ ਬੰਦ ਅਤੇ ਖੁੱਲ੍ਹੇ ਭਾਵੰਸ਼। ਬਾਕੀ ਆਪਾਂ ਪ੍ਰੀਵੀਅਸ ਈਅਰ ਕੁਸ਼ਚਨ ਪੇਪਰ ਲੈ ਕੇ ਆਵਾਂਗੇ, ਤੁਸੀਂ ਉਹਨਾਂ 'ਚ ਵੀ ਵਾਚ ਕਰ ਸਕਦੇ ਵੀਡੀਓਜ਼ ਵੀ ਕਿਹੜੇ ਕਿਹੜੇ ਕੁਸ਼ਚਨਸ ਪੁੱਛੇ ਹੋਏ ਨੇ, ਜਾਂ ਸ਼ਾਂਤੀ ਗੈਸ ਪੇਪਰ ਵੀ ਵਾਚ ਕਰ ਲਓ। ਅਤੇ ਸ਼ਬਦ ਦੇ ਸ਼ਬਦਾਂ ਦਾ ਵਰਗੀਕਰਨ, ਅਤੇ ਇੱਕ ਹੈਗਾ ਇਹਦੇ ਵਿੱਚ ਵਧੇਤਰ ਅਤੇ ਧਾਤੂ, ਅਤੇ ਇਹ 4 ਬਣ ਰਹੇ ਨੇ ਟੋਪਿਕ, ਇਹਦੇ ਵਿੱਚ ਤੁਸੀਂ ਆਹ ਵਾਲੇ 2 ਟੋਪਿਕ ਕਰ ਲਓ। ਵਧੇਤਰ ਵੀ ਸੌਖਾ, ਨਾਲੇ ਵਧੇਤਰ ਤੁਹਾਨੂੰ ਯਾਦ ਹੋ ਜਾਣਗੇ ਅਗੇਤਰ ਪਿਛੇਤਰ, ਹੈ ਨਾ, ਕਿਉਂਕਿ ਇਹ ਵੀ ਤੁਹਾਨੂੰ 2-2 ਮਾਰਕਸ ਵਾਲੇ ਵਿਵਹਾਰਿਕ ਵਿਆਕਰਨ 'ਚ ਪੁੱਛ ਲੈਂਦੇ ਨੇ। ਤਾਂ ਇਹ ਕਰ ਲਓ ਕੁਸ਼ਚਨ, ਸ਼ਬਦ
ਅਤੇ ਸ਼ਬਦ ਦਾ ਵਰਗੀਕਰਨ, ਭਾਵ ਅੰਸ਼ ਬੰਦ ਅਤੇ ਖੁੱਲ੍ਹੇ ਭਾਵ ਅੰਸ਼ ਕੀ ਹੁੰਦੇ ਨੇ, ਛੋਟੇ ਛੋਟੇ ਜਿਹੇ ਟੋਪਿਕ ਨੇ, ਬਿਲਕੁਲ ਈਜ਼ੀ ਜੀ, ਠੀਕ ਹੈ। ਇੱਥੋਂ 6 marks ਤੁਹਾਡੇ ਫਿਰ ਵਿਹਾਰਿਕ ਵਿਆਕਰਨ ਹੈ, ਇਹ ਪ੍ਰੀਵੀਅਸ ਈਅਰ ਵਾਲੀ ਜ਼ਰੂਰ ਦੇਖਿਓ, ਤੁਹਾਨੂੰ ਆਈਡੀਆ ਹੋ ਜੂਗਾ ਵੀ ਕਿੱਦਾਂ ਦੀ ਪੁੱਛੀ ਜਾਂਦੀ ਹੈ। ਅਤੇ ਸਭ ਤੋਂ ਮੇਨ ਗੱਲ ਇਹ ਯਾਦ ਰੱਖਣੀ ਹੈ ਕਿ ਪੰਜਾਬੀ ਦੇ ਵਿੱਚ ਮਿਸਟੇਕਸ ਨਹੀਂ ਕਰਨੀਆਂ, ਠੀਕ ਹੈ। ਪੰਜਾਬੀ, ਇੰਗਲਿਸ਼ ਅਤੇ ਹਿੰਦੀ, ਇਹਨਾਂ ਤਿੰਨਾਂ ਲੈਂਗੁਏਜ ਦੇ ਵਿੱਚ ਮਿਸਟੇਕਸ ਜ਼ਰੂਰ ਚੈੱਕ ਹੁੰਦੀਆਂ ਨੇ, ਸਪੈਲਿੰਗ ਮਿਸਟੇਕ ਨਹੀਂ ਹੋਣੇ ਚਾਹੀਦੇ, ਠੀਕ ਹੈ। ਅਤੇ ਬਾਕੀ ਸਾਰ ਵਗੈਰਾ ਕਿੰਨੇ ਪੇਜਾਂ 'ਤੇ ਲਿਖਣਾ, ਉਹ ਸਾਰਾ ਸ਼ਾਂਤੀ ਗੈਸ ਪੇਪਰ 'ਚ ਮੈਂ ਦੱਸਿਆ ਹੋਇਆ, ਤੁਸੀਂ ਉਹ ਵੀਡੀਓ ਨੂੰ ਵਾਚ ਕਰ ਲੈਣਾ। ਥੈਂਕਸ।